ਖਬਰਾਂ ਦੇ ਆਰ ਪਾਰ ਦੀ ਤਾਜ਼ਾ ਕੜੀ ਲੈ ਕੇ ਦੋਸਤੋ ਤੁਹਾਡੇ ਰੂਬਰੂ ਹਾਂ ਅਤੇ ਹਰ ਵਾਰ ਦੀ ਤਰ੍ਹਾਂ ਸ਼੍ਰੀ ਸਤਨਾਮ ਸਿੰਘ ਮਾਣਿਕ ਸਟੂਡੀਓ ਵਿੱਚ ਨੇ ਉਹਨਾਂ ਨੂੰ ਵੱਖ ਵੱਖ ਮੰਚਾਂ ਤੋਂ ਤੁਸੀਂ ਪੜ੍ਹਦੇ ਸੁਣਦੇ ਰਹਿੰਦੇ ਹੋ। ਉਹ ਸੀਨੀਅਰ ਪੱਤਰਕਾਰ ਨੇ ਅਤੇ ਰੋਜ਼ਾਨਾ ਅਜੀਤ ਦੇ ਕਾਰਜਕਾਰੀ ਸੰਪਾਦਕ ਨੇ। ਮਾਨਸੀ ਸਟੂਡੀਓ ਵਿੱਚ ਤੁਹਾਡਾ ਸਵਾਗਤ। ਸ਼ੁਕਰੀਆ ਜੀ। ਆਓ ਉਹਨਾਂ ਨਾਲ ਦੇਸ਼ ਅਤੇ ਦੁਨੀਆ ਦੀਆਂ ਖਾਸ ਖਬਰਾਂ 'ਤੇ ਚਰਚਾ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਜਿਹੜੀ ਅਸੀਂ ਲੈਣ ਜਾ ਰਹੇ ਹਾਂ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜੇ ਕਿ ਕੱਲ੍ਹ ਅੰਮ੍ਰਿਤਸਰ ਫੇਰੀ ਦੇ ਉੱਪਰ ਸਨ, ਚਾਰੇ ਪਾਸੇ ਇਸ ਫੇਰੀ ਦੀ ਚਰਚਾ ਹੈ ਔਰ ਕੁਛ ਮਹੱਤਵਪੂਰਨ ਪਹਿਲੂ ਜਿਹੜੇ ਕਿ ਅੱਜ ਖਬਰਾਂ ਬਣੀਆਂ ਨੇ ਉਹਨਾਂ ਦੇ ਉੱਪਰ ਮਾਨਕ ਜੀ ਦੇ ਵਿਚਾਰ ਅਸੀਂ ਜਾਣਨੇ ਚਾਹਾਂਗੇ। ਮਾਨਕ ਜੀ, ਇੱਕ ਤਾਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਹੈਗਾ। ਕੈਨੇਡਾ ਵੱਖਵਾਦੀ ਲਹਿਰ ਦਾ ਹਮਾਇਤੀ ਨਹੀਂ, ਇਹ ਅੱਜ ਸੁਰਖੀ ਬਣੀ ਹੋਈ ਹੈ ਔਰ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਦੋਵਾਂ ਮੁਲਕਾਂ ਦੇ ਸਿਖਾਵੇਂ ਸੰਬੰਧ ਹੋਣ, ਇਹ ਕਾਮਨਾ ਕੀਤੀ ਗਈ। ਤੁਸੀਂ ਜਿਹੜੀ ਅੰਮ੍ਰਿਤਸਰ ਫੇਰੀ ਹੈਗੀ ਆ, ਕਿਉਂਕਿ ਇਹਦੀ ਚਾਰੇ ਪਾਸੇ ਚਰਚਾ ਬੜੀ ਹੋਈ ਹੈ ਅਖਬਾਰਾਂ 'ਚ, ਮੀਡੀਏ 'ਚ, ਖਾਸ ਤੌਰ 'ਤੇ ਸੋਸ਼ਲ ਮੀਡੀਆ ਦੇ ਉੱਪਰ, ਹਾਂਜੀ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ, ਇਸ ਦੇ ਵੱਖ ਵੱਖ ਪਹਿਲੂਆਂ ਨੂੰ? ਕਿਉਂਕਿ ਜਦੋਂ ਉਹਨਾਂ ਨੇ ਆਉਣਾ ਸੀਗਾ ਉਸ ਤੋਂ ਪਹਿਲਾਂ ਹੀ ਕੁਛ ਜਿਹੜੇ ਵਿਵਾਦ ਉੱਠ ਖੜ੍ਹੇ ਹੋਏ ਸੀਗੇ। ਪ੍ਰੋਫੈਸਰ ਸਾਹਿਬ, ਮੈਂ ਸਮਝਦਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜਿਹੜੀ ਭਾਰਤ ਦੀ ਫੇਰੀ ਸੀਗੀ ਜੀ, ਇਹਨੂੰ ਜਿੰਨਾ ਸਦਭਾਵਨਾ ਪੂਰਵਕ ਰੱਖਿਆ ਜਾ ਸਕਦਾ ਸੀ ਔਰ ਜਿੰਨਾ ਭਾਰਤ ਇਹ ਤੋਂ ਫਾਇਦਾ ਲੈ ਸਕਦਾ ਸੀ, ਉਸ ਪਾਸੇ ਕੇਂਦਰ ਦੀ ਸਰਕਾਰ ਨੇ ਬਹੁਤੀ ਗੰਭੀਰਤਾ ਨਹੀਂ ਦਿਖਾਈ। ਦੁਨੀਆ ਦਾ ਇੱਕ ਅਹਿਮ ਦੇਸ਼ ਹੈ ਕੈਨੇਡਾ ਔਰ ਵੱਡੀ ਪੱਧਰ 'ਤੇ ਭਾਰਤੀ, ਖਾਸ ਕਰਕੇ ਪੰਜਾਬੀ ਉੱਥੇ ਰਹਿੰਦੇ ਆ। ਸਾਡੇ ਨੌਜਵਾਨ ਜਿਹੜੇ ਆ ਉਹ ਵੱਡੀ ਪੱਧਰ 'ਤੇ ਉੱਥੇ ਸਿੱਖਿਆ ਹਾਸਿਲ ਕਰਨ ਜਾਂਦੇ ਆ ਅਤੇ ਉੱਥੇ ਬਾਅਦ 'ਚ ਸਿੱਖਿਆ ਹਾਸਿਲ ਕਰਨ ਤੋਂ ਉੱਥੇ ਰੁਜ਼ਗਾਰ ਹਾਸਿਲ ਕਰਨ ਲਈ ਵੀ ਉਹ ਯਤਨਸ਼ੀਲ ਹੁੰਦੇ ਆ ਅਤੇ ਇਸ ਤਰ੍ਹਾਂ ਦੀ ਅਹਿਮੀਅਤ ਵਾਲੇ ਦੇਸ਼ ਨੂੰ ਜਿਹੜਾ ਭਾਰਤ ਸਰਕਾਰ ਨੇ ਬਹੁਤ ਘੱਟ ਤਵੱਜੋ ਦਿੱਤੀ ਹੈ। ਜਿਹੜੀ ਛੋਟੇ ਤੋਂ ਛੋਟੇ ਦੇਸ਼ ਜਿਨ੍ਹਾਂ ਦਾ ਨਕਸ਼ੇ 'ਚ ਜਿਨ੍ਹਾਂ ਨੂੰ ਲੱਭਣਾ ਹੀ ਮੁਸ਼ਕਲ ਹੁੰਦਾ, ਉਹਨਾਂ ਦੇ ਪ੍ਰਧਾਨ ਮੰਤਰੀਆਂ ਨੂੰ ਤਾਂ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜਾ ਕੇ ਜੱਫੀਆਂ ਪਾਉਂਦੇ ਰਹੇ ਅਤੇ ਦੁਨੀਆ ਦਾ ਇੱਕ ਅਹਿਮ ਦੇਸ਼ ਜਿਹੜਾ ਔਰ ਜਿਹਦੇ ਭਾਰਤ ਨਾਲ, ਭਾਰਤ ਦੇ ਲੋਕਾਂ ਨਾਲ ਗਹਿਰੇ ਸੰਬੰਧ ਆ ਅਤੇ ਭਾਰਤ ਦੀ ਬਹੁਤ ਸਾਰੇ ਖੇਤਰਾਂ 'ਚ ਮਦਦ ਕਰ ਸਕਦਾ, ਉਸ ਦੇਸ਼ ਦੇ ਪ੍ਰਧਾਨ ਮੰਤਰੀ ਪ੍ਰਤੀ ਜਿਹੜੀ ਕੇਂਦਰ ਸਰਕਾਰ ਨੇ ਜੋ ਵਤੀਰਾ ਅਖਤਿਆਰ ਕੀਤਾ ਉਹ ਬਿਨਾਂ ਸ਼ੱਕ ਜਿਹੜਾ ਉਹ ਨਿੰਦਣਯੋਗ ਹੈ। ਦੇ ਲੋੜ ਇਸ ਗੱਲ ਦੀ ਸੀ ਜੇ ਕੈਨੇਡਾ ਦੇ ਵਿੱਚ ਭਾਰਤ ਸਰਕਾਰ ਦੇ ਕੋਲ ਕੋਈ ਸਬੂਤ ਹੈ ਕਿ ਉੱਥੇ ਦੀ ਸਰਕਾਰ ਜਿਹੜੀ ਹੈ ਵੱਖਵਾਦੀਆਂ ਪ੍ਰਤੀ ਨਰਮ ਆ ਜਾਂ ਵੱਖਵਾਦੀਆਂ ਦੀ ਕੋਈ ਮਦਦ ਕਰ ਰਹੀ ਹੈ। ਉਹ ਜਦੋਂ ਗੱਲਬਾਤ ਹੋਣੀ ਸੀ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਜਾਂ ਦੋਨਾਂ ਦੇਸ਼ਾਂ ਦੇ ਅਧਿਕਾਰੀਆਂ ਦੀ, ਉਹਦੇ ਵਿੱਚ ਇਹ ਗੱਲਾਂ ਵਿਚਾਰੀਆਂ ਜਾ ਸਕਦੀਆਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਪ੍ਰਤੀ ਜਿਹੜਾ ਪਹਿਲਾਂ ਹੀ ਜਿਹੜਾ ਉਦਾਸੀਨਤਾ ਵਾਲਾ ਵਤੀਰਾ ਅਖਤਿਆਰ ਕਰਕੇ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਖੁਦ ਉਹਨਾਂ ਦੇ ਸਵਾਗਤ ਲਈ ਨਹੀਂ ਗਏ ਹਵਾਈ ਅੱਡੇ 'ਤੇ ਔਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਨਹੀਂ ਭੇਜਿਆ। ਇੱਕ ਬਹੁਤ ਹੀ ਜੂਨੀਅਰ ਜਿਹੜਾ ਖੇਤੀਬਾੜੀ ਮੰਤਰਾਲੇ ਦਾ ਮੰਤਰੀ ਹੈ ਉਹਨੂੰ ਉਹਨਾਂ ਦੇ ਸਵਾਗਤ ਲਈ ਭੇਜਿਆ। ਇਹਦੇ ਨਾਲ ਬਹੁਤ ਕੈਨੇਡਾ ਦੇ ਵਿੱਚ ਗਲਤ ਜਿਹੜਾ ਸੁਨੇਹਾ ਗਿਆ ਔਰ ਭਾਰਤ ਦੇ ਵਿੱਚ ਵੀ ਇਹ ਬਹੁਤ ਗਲਤ ਸੁਨੇਹਾ ਗਿਆ, ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਇਹਨੂੰ ਬਹੁਤ ਮਹਿਸੂਸ ਕੀਤਾ ਕਿਉਂਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਆ ਕੈਨੇਡਾ ਨਾਲ ਬਹੁਤ ਗਹਿਰੀ ਸਾਂਝ ਹੈ। ਇਹ ਇਤਿਹਾਸਕ ਵੀ ਹੈ, ਜਦੋਂ ਤੋਂ ਗਦਰ ਪਾਰਟੀ ਉੱਥੇ ਬਣੀ ਉਦੋਂ ਤੋਂ ਲੋਕ ਸਾਡੇ ਉੱਥੇ ਜਾਂਦੇ ਰਹੇ, ਸਟਰਗਲ ਵੀ ਕੀਤੀ। ਬਾਅਦ 'ਚ ਕੈਨੇਡਾ ਨੇ ਜਿਸ ਤਰ੍ਹਾਂ ਪਿਛਲੀਆਂ ਜਿਹੜੀਆਂ ਇਤਿਹਾਸਕ ਗਲਤੀਆਂ ਨੂੰ ਦਰੁਸਤ ਕੀਤਾ ਔਰ ਕਾਮਾਗਾਟਾ ਮਾਰੂ ਦੇ ਮਾਮਲੇ 'ਤੇ ਪ੍ਰਧਾਨ ਮੰਤਰੀ ਨੇ ਜਿਹੜੀ ਹੈ ਜਿਸ ਤਰ੍ਹਾਂ ਮੁਆਫ਼ੀ ਮੰਗੀ, ਉਹਦੇ ਨਾਲ ਪੰਜਾਬੀਆਂ ਦੇ ਦਿਲ ਵੀ ਜਿੱਤੇ ਉਹਨਾਂ ਨੇ ਕਿ ਜੇ ਅਤੀਤ 'ਚ ਕੁਝ ਗਲਤੀਆਂ ਹੋਈਆਂ ਤਾਂ ਉਹਨਾਂ ਦਾ ਪਰਖ ਪੜਚੋਲ ਉਹਨਾਂ ਦੀ ਕਰਕੇ ਉਹਨਾਂ ਚੀਜ਼ਾਂ ਬਾਰੇ ਕੈਨੇਡਾ ਨੇ ਆਪਣੀ ਪੋਲਿਸੀ ਦਰੁਸਤ ਕੀਤੀ ਹੈ। ਔਰ ਇਹ ਬੜੀ ਵੱਡੀ ਗੱਲ ਹੈ ਕਿ ਪੰਜਾਬੀਆਂ ਨੂੰ ਕੈਨੇਡਾ ਦੀ ਰਾਜਨੀਤੀ ਵਿੱਚ ਬਹੁਤ ਜ਼ਿਆਦਾ ਮਹੱਤਵ ਮਿਲਿਆ ਔਰ ਖਾਸ ਕਰਕੇ ਪੰਜ ਜਿਹੜੇ ਆ ਪੰਜਾਬੀ ਭਾਈਚਾਰੇ ਦੇ ਲੋਕ ਕੈਨੇਡਾ ਦੀ ਜਿਹੜੀ ਸੰਘੀ ਸਰਕਾਰ ਹੈ ਉਹਦੇ ਵਿੱਚ ਮੰਤਰੀ ਆ ਔਰ ਅਹਿਮ ਜਿਹੜੇ ਆ ਉਹ ਮੰਤਰਾਲੇ ਚਲਾ ਰਹੇ ਆ। ਇਸ ਸਥਿਤੀ ਵਿੱਚ ਤਾਂ ਭਾਰਤ ਸਰਕਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਜ਼ਿਆਦਾ ਉਤਸ਼ਾਹ ਨਾਲ ਸਵਾਗਤ ਕਰਨਾ ਚਾਹੀਦਾ ਸੀ ਔਰ ਉਹਨਾਂ ਤੋਂ ਵੱਖ ਵੱਖ ਖੇਤਰਾਂ 'ਚ ਸਹਿਯੋਗ ਹਾਸਲ ਕਰਨ ਲਈ ਯਤਨ ਕਰਨੇ ਚਾਹੀਦੇ ਸੀ ਅਤੇ ਕੋਈ ਇੱਦਾਂ ਦੇ ਵੱਖਵਾਦੀਆਂ ਬਾਰੇ ਮਤਭੇਦ ਸੀਗੇ ਉਹ ਬੈਠ ਕੇ ਜਿਹੜੇ ਆ ਵਿਚਾਰੇ ਜਾ ਸਕਦੇ ਸੀ, ਉਹਨਾਂ ਦੇ ਹੱਲ ਲੱਭੇ ਜਾ ਸਕਦੇ ਸੀ। ਕੈਨੇਡਾ ਅਤੇ ਭਾਰਤ ਸਰਕਾਰ ਦਰਮਿਆਨ ਕੋਈ ਐਡੇ ਵੱਡੇ ਮਸਲੇ ਨਹੀਂ ਹੈ ਜਿਨ੍ਹਾਂ ਨੂੰ ਹੱਲ ਨਾ ਕੀਤਾ ਜਾ ਸਕੇ। ਜਿਹੜੇ ਥੋੜ੍ਹੇ ਬਹੁਤੇ ਮਸਲੇ ਹੁੰਦੇ ਆ ਉਹ ਤਾਂ ਦੋਨਾਂ ਦੇਸ਼ਾਂ 'ਚ ਚੱਲਦੇ ਰਹਿੰਦੇ ਆ, ਉਹਨਾਂ ਨੂੰ ਹੱਲ ਕੀਤਾ ਜਾ ਸਕਦਾ ਸੀ, ਪਰ ਭਾਰਤ ਸਰਕਾਰ ਨੇ ਸ਼ੁਰੂ ਤੋਂ ਹੀ ਇਸ ਦੌਰੇ ਪ੍ਰਤੀ ਉਦਾਸੀਨਤਾ ਵਾਲਾ ਵਤੀਰਾ ਅਖਤਿਆਰ ਕੀਤਾ ਔਰ ਭਾਰਤ ਦਾ ਅਖੌਤੀ ਜਿਹੜਾ ਕੌਮੀ ਮੀਡੀਆ ਉਹਨੇ ਖਾਲਿਸਤਾਨ ਦੇ ਮੁੱਦੇ ਨੂੰ ਜਿਹੜਾ ਲੋੜ ਤੋਂ ਵੱਧ ਉਛਾਲਿਆ।
ਜਿਹੜਾ ਐਡਾ ਵੱਡਾ ਮੁੱਦਾ ਨਹੀਂ, ਨਾ ਹੀ ਐਡੀ ਵੱਡੀ ਉੱਥੇ ਲਹਿਰ ਹੈ ਜਿਹੜੀ ਵੱਖਵਾਦ ਦੀ, ਜਿੰਨਾ ਇਹਨੂੰ ਜ਼ੋਰ ਸ਼ੋਰ ਨਾਲ ਉਛਾਲਿਆ ਭਾਰਤੀ ਮੀਡੀਏ ਨੇ ਵੀ ਇਸ ਦੌਰੇ ਦੀ ਸਾਰਥਿਕਤਾ ਜਿਹੜੀ ਹੈ ਉਹਨੂੰ ਘਟਾਉਣ ਦਾ ਯਤਨ ਕੀਤਾ। ਬਾਕੀ ਗੱਲ ਆਈ ਪ੍ਰੈਸ ਸਾਹਿਬ ਪੰਜਾਬ ਦੇ ਦੌਰੇ ਦੀ, ਪੰਜਾਬ ਦੇ ਲੋਕ ਜਿਹੜੇ ਆ ਕੈਨੇਡਾ ਦੀ ਸਰਕਾਰ ਦੇ ਬਾਰੇ ਚੰਗੀ ਰਾਏ ਰੱਖਦੇ ਆ, ਉੱਥੇ ਦੇ ਪ੍ਰਧਾਨ ਮੰਤਰੀ ਟਰੂਡੋ ਬਾਰੇ ਚੰਗੀ ਰਾਏ ਰੱਖਦੇ ਆ, ਖਾਸ ਕਰਕੇ ਸਿੱਖ ਭਾਈਚਾਰਾ ਚੰਗੀ ਰਾਏ ਰੱਖਦਾ, ਇਸ ਕਰਕੇ ਹਰਿਮੰਦਰ ਸਾਹਿਬ ਵਿੱਚ ਉਹਨਾਂ ਦਾ ਠੀਕ ਠਾਕ ਸਵਾਗਤ ਹੋਇਆ। ਭਾਵੇਂ ਪ੍ਰੋਟੋਕਾਲ ਨੂੰ ਮੁੱਖ ਰੱਖਦੇ ਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜਾ ਉਹਨਾਂ ਦੇ ਨਾਲ ਪ੍ਰਕਰਮਾਂ 'ਚ ਨਹੀਂ ਗਏ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਅਤੇ ਉਹਨਾਂ ਨੇ ਉਹਦਾ ਸਵਾਗਤ ਕੀਤਾ। ਦੂਜੇ ਦੇ ਵਿੱਚ ਜਿਹੜਾ ਉੱਥੇ ਦਾ ਸੂਚਨਾ ਕੇਂਦਰ ਹੈ ਉਹਦੇ ਵਿੱਚ, ਬਾਕੀ ਜਿਹੜਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਉਹਨੂੰ ਉਹਨੂੰ ਠੀਕ ਤਰ੍ਹਾਂ ਹਰਿਮੰਦਰ ਸਾਹਿਬ ਦੀ ਫੇਰੀ ਲਵਾਈ ਆ, ਉਹ ਲੰਗਰ ਵਿੱਚ ਵੀ ਗਏ, ਉਹਨਾਂ ਨੇ ਸਾਰੇ ਸਿੱਖ ਭਾਈਚਾਰੇ ਦੇ ਇਤਿਹਾਸ ਬਾਰੇ, ਉਹਨਾਂ ਦੀਆਂ ਧਾਰਮਿਕ ਉਹਨਾਂ ਦੀ ਮਰਿਆਦਾ ਬਾਰੇ ਬੜੀ ਦਿਲਚਸਪੀ ਨਾਲ ਜਾਣਕਾਰੀ ਲਈ ਹੈ ਔਰ ਇਹਦੇ ਨਾਲ ਚੰਗੇ ਸੰਕੇਤ ਗਏ ਜੀ। ਪਰ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਕਹਿੰਦੇ ਜੀ ਜਿਹੜੇ ਕੇਂਦਰ ਸਰਕਾਰ ਦੇ ਦੀਆਂ ਕੁਛ ਹਦਾਇਤਾਂ ਸੀਗੀਆਂ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਉਹ ਉੱਥੇ ਨਹੀਂ ਪਹੁੰਚੇ। ਉਹਦਾ ਪ੍ਰੈਸ ਸਾਹਿਬ ਉਹਨਾਂ ਨੇ ਡਿਊਟੀ ਜਿਹੜੀ ਲਾ ਦਿੱਤੀ, ਇੱਕ ਹੋਰ ਕੇਂਦਰੀ ਮੰਤਰੀ ਜਿਹੜੇ ਪੁਰੀ ਹੋਰਾਂ ਦੀ ਡਿਊਟੀ ਲਗਾ ਦਿੱਤੀ, ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਜਾ ਕੇ ਇਹਦੇ ਹਵਾਈ ਅੱਡੇ 'ਤੇ ਉਹਦਾ ਸਵਾਗਤ ਕੀਤਾ। ਬਾਕੀ ਜਿਹੜਾ ਦੇਸ਼ ਦੀ ਵੰਡ ਵਾਰੀ ਮਿਊਜ਼ੀਅਮ ਹੈ ਉਹਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦਾ ਸਵਾਗਤ ਕੀਤਾ। ਜਦੋਂ ਕੇਂਦਰ ਸਰਕਾਰ ਆਪਣੇ ਕਿਸੇ ਮੰਤਰੀ ਦੀ ਡਿਊਟੀ ਲਾਦਾ ਹੈ ਕਿ ਤੂੰ ਜਾ ਕੇ ਉਹਨਾਂ ਦਾ ਸਵਾਗਤ ਕਰਨਾ, ਅਤੇ ਫਿਰ ਉਹ ਹਰਸਿਮਰਤ ਕੌਰ ਬਾਦਲ ਦਾ ਉੱਥੇ ਜਾਣਾ ਬਣਦਾ ਨਹੀਂ ਸੀ, ਉਹ ਚੰਗਾ ਕੀਤਾ ਉਹ ਉੱਥੇ ਨਹੀਂ ਗਏ। ਬਾਕੀ ਪ੍ਰੈਸ ਸਾਹਿਬ ਮੈਂ ਇਹ ਸੋਚਦਾ ਕਿ ਜਿੰਨਾ ਕੁ ਹੁਣ ਦੌਰਾ ਜਿਹੜਾ ਰਹਿ ਗਿਆ ਉਹਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ, ਉਹਨਾਂ ਨੇ ਗੁਜਰਾਤ ਜਾ ਕੇ ਮਹਾਤਮਾ ਗਾਂਧੀ ਦੇ ਆਸ਼ਰਮ 'ਚ ਜਾ ਕੇ, ਦੂਜਾ ਆਪਣੇ ਜਿਹੜਾ ਆਗਰੇ ਤਾਜ ਮਹਿਲ ਜਾ ਕੇ ਹਰਿਮੰਦਰ ਸਾਹਿਬ ਦਾ ਦੌਰਾ ਕਰਕੇ, ਜਿਸ ਤਰ੍ਹਾਂ ਉਹ ਇਹ ਸਾਰੇ ਦੌਰੇ ਉਹਨਾਂ ਨੇ ਕੀਤੇ ਆ, ਜਿੱਦਾਂ ਉਹ ਸਧਾਰਨ ਨਾਗਰਿਕ ਦੀ ਤਰ੍ਹਾਂ ਇਹਨਾਂ ਥਾਵਾਂ 'ਤੇ ਵਿਚਰੇ ਆ, ਉਹਨਾਂ ਨੇ ਭਾਰਤੀਆਂ ਦੇ ਵੀ ਅਤੇ ਪੰਜਾਬੀਆਂ ਦੇ ਵੀ ਦਿਲ ਜਿੱਤੇ ਆ। ਹੁਣ ਦੌਰੇ ਦਾ ਜਿੰਨਾ ਕੁ ਹਿੱਸਾ ਰਹਿ ਗਿਆ ਜਿਹਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ, ਕੈਨੇਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਟਰੂਡੋ ਦੀ ਗੱਲਬਾਤ ਹੋਣੀ ਆ, ਸਾਡੇ ਦੋਨਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਗੱਲਬਾਤ ਹੋਣੀ ਆ, ਵਿਕਾਸ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਹੋਣੀ ਆ, ਇਹਨਾਂ ਸਾਰੇ ਮੁੱਦਿਆਂ 'ਤੇ ਜਿਹੜੀ ਆ ਹੁਣ ਸਾਰਥਕ ਗੱਲਬਾਤ ਹੋਣੀ ਚਾਹੀਦੀ ਹੈ। ਇਹ ਵੀ ਚੰਗੀ ਗੱਲ ਹੋਈ ਪ੍ਰੈਸ ਸਾਹਿਬ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਸ਼੍ਰੀ ਟਰੂਡੋ ਦੀ ਆਪਸ ਵਿੱਚ ਗੱਲਬਾਤ ਹੋ ਗਈ, ਅਤੇ ਉਹਦੇ ਵਿੱਚ ਕੁਝ ਮੁੱਦੇ ਜਿਹੜੇ ਆ ਜਿਹੜੇ ਉਹ ਉੱਥੇ ਵੱਖਵਾਦੀਆਂ ਬਾਰੇ ਵੀ ਉੱਠੇ ਆ, ਅਤੇ ਕੁਝ ਮੁੱਦੇ ਜਿਹੜੇ ਆ ਪੰਜਾਬ ਅਤੇ ਕੈਨੇਡਾ ਦੇ ਦਰਮਿਆਨ ਆਰਥਿਕ ਸਹਿਯੋਗ ਵਧਾਉਣ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਬਾਰੇ ਵੀ ਜਿਹੜੇ ਆ ਕੁਝ ਮੁੱਦਿਆਂ 'ਤੇ ਵਿਚਾਰ ਹੋਈ ਆ। ਆਸ ਕਰਦੇ ਹਾਂ ਆਉਣ ਵਾਲੇ ਸਮੇਂ 'ਚ ਜਿਹੜੇ ਕੈਨੇਡਾ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਰਮਿਆਨ ਕੁਝ ਦੂਰੀਆਂ ਸੀਗੀਆਂ ਉਹ ਘਟਣਗੀਆਂ ਆਉਣ ਵਾਲੇ ਸਮੇਂ। ਕੋਈ ਸੂਚੀ ਵੀ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਨੂੰ ਦਿੱਤੀ ਹੈ, ਅਤੇ ਜੇ ਉਹਨਾਂ ਨੂੰ ਕੋਲ ਕੋਈ ਠੋਸ ਸਬੂਤ ਸੀਗੇ ਕਿ ਕੁਝ ਲੋਕ ਉੱਥੋਂ ਇੱਥੇ ਵੱਖਵਾਦ ਨੂੰ ਉਤਸ਼ਾਹਿਤ ਕਰ ਰਹੇ, ਉਹਦੇ ਬਾਰੇ ਸੂਚੀ ਦਿੱਤੀ ਹੋਏਗੀ, ਇਹ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਬਿਹਤਰ ਇਹ ਹੁੰਦਾ ਕਿ ਇਸ ਤਰ੍ਹਾਂ ਦੀ ਸੂਚੀ ਜਿਹੜੀ ਹੈ ਉਹ ਕੇਂਦਰ ਸਰਕਾਰ ਦਿੰਦੀ ਤਾਂ ਜ਼ਿਆਦਾ ਬਿਹਤਰ ਹੁੰਦਾ, ਕਿਉਂਕਿ ਇਹ ਕੇਂਦਰ ਸਰਕਾਰ ਦੇ ਜ਼ਿਆਦਾ ਕੰਮ ਹੈ। ਪੰਜਾਬ ਸਰਕਾਰ ਸਿੱਧੇ ਤੌਰ 'ਤੇ ਕਿਸੇ ਦੇਸ਼ ਨਾਲ ਇਸ ਤਰ੍ਹਾਂ ਦੀ ਗੱਲ ਕਰਦੀ ਹੈ, ਮੇਰੇ ਖਿਆਲ ਉਹ ਜ਼ਿਆਦਾ ਇਹਦੀ ਲੋੜ ਨਹੀਂ ਸੀ। ਲੋੜ ਇਹ ਗੱਲ ਸੀ ਕਿ ਕੇਂਦਰ ਸਰਕਾਰ ਕੋਲ ਕੋਈ ਠੋਸ ਸਬੂਤ ਸੀਗੇ ਕੁਛ ਵਿਅਕਤੀਆਂ ਬਾਰੇ, ਤਾਂ ਕੇਂਦਰ ਸਰਕਾਰ ਦਾ ਗ੍ਰਹਿ ਮੰਤਰਾਲਾ ਜਾਂ ਕੇਂਦਰ ਸਰਕਾਰ ਦਾ ਵਿਦੇਸ਼ ਮੰਤਰਾਲਾ ਕੌਮੀ ਪੱਧਰ 'ਤੇ ਇਹ ਗੱਲ ਕਰਨੀ ਚਾਹੀਦੀ ਸੀ। ਪੰਜਾਬ ਦੇ ਵਿੱਚ ਤਾਂ ਕੈਪਟਨ ਸਰਕਾਰ ਨੂੰ ਜ਼ਿਆਦਾ ਜਿਹੜਾ ਵਿਕਾਸ ਪ੍ਰੋਜੈਕਟਾਂ 'ਤੇ ਜਿਹੜਾ ਜ਼ੋਰ ਦੇਣਾ ਚਾਹੀਦਾ ਸੀ ਕਿ ਕੈਨੇਡਾ ਦੇ ਨਾਲ ਸਹਿਯੋਗ ਕਰਕੇ, ਕਿਉਂਕਿ ਪੰਜਾਬ ਇਸ ਵੇਲੇ ਬਹੁਤ ਸਾਰੇ ਸੰਕਟਾਂ 'ਚ ਘਿਰਿਆ ਹੋਇਆ, ਸਾਡੀ ਖੇਤੀ ਦਾ ਬੁਰਾ ਹਾਲ ਹੈ, ਸਾਡੀਆਂ ਸਨਅਤਾਂ ਦਾ ਬੁਰਾ ਹਾਲ ਹੈ, ਸਾਡੇ ਬੱਚਿਆਂ ਲਈ ਰੁਜ਼ਗਾਰ ਦੀਆਂ ਇੱਥੇ ਸੰਭਾਵਨਾਵਾਂ ਨਹੀਂ ਹਨ, ਇਸ ਕਰਕੇ ਬਹੁਤੇ ਸਾਡੇ ਬੱਚੇ ਉੱਥੇ ਜਾ ਰਹੇ। ਇਹਨਾਂ ਸਾਰਿਆਂ ਮਾਮਲਿਆਂ 'ਚ ਅਸੀਂ ਹੋਰ ਕਿੱਦਾਂ ਸਹਿਯੋਗ ਵਧਾ ਸਕਦੇ ਹਾਂ, ਇੱਕ ਦੂਜੇ ਤੋਂ ਕਿੱਦਾਂ ਫਾਇਦਾ ਲੈ ਸਕਦੇ ਹਾਂ, ਇਹਨਾਂ ਮੁੱਦਿਆਂ 'ਤੇ ਜ਼ਿਆਦਾ ਵਿਚਾਰ ਹੋਣੀ ਚਾਹੀਦੀ ਸੀ। ਇਹਦੇ 'ਚ ਵੀ ਲੱਗਦਾ ਹੈ ਕਿ ਜਿਹੜਾ ਕੁਛ ਦਿਨ ਪਹਿਲਾਂ ਜਿਹੜਾ ਭਾਰਤ ਦੇ ਜਿਹੜੇ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਜਿਹੜੇ ਆ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਸੀ, ਉਸ ਵੇਲੇ ਜਿਹੜੀ ਮੁਲਾਕਾਤ ਹੋਈ ਸੀ ਉਹਦੇ 'ਤੇ ਕਈ ਪ੍ਰਸ਼ਨ ਵੀ ਉੱਠੇ ਸੀ, ਅਤੇ ਲੱਗਦਾ ਇਹ ਆ ਕਿ ਇਹ ਜਿਹੜੇ ਮੁੱਦੇ ਜਿਹੜੇ ਆ ਵੱਖਵਾਦੀਆਂ ਦੇ ਜਾਂ ਜਿਹੜੀ ਸੂਚੀ ਦੇਣ ਦੇ ਜਿਹੜੇ ਮੁੱਦੇ ਉਠਾਏ ਗਏ ਕੈਪਟਨ ਅਮਰਿੰਦਰ ਸਿੰਘ ਵੱਲੋਂ, ਉਹ ਅਜੀਤ ਡੋਭਾਲ ਨੇ ਉਹਨਾਂ ਨੂੰ ਇਸ ਤਰ੍ਹਾਂ ਕਰਨ ਲਈ ਕਿਹਾ ਹੋਏਗਾ, ਇਹਦੀ ਸੰਭਾਵਨਾ ਕਾਫੀ ਹੈ ਕਿ ਕੇਂਦਰ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਕਿਹਾ ਹੋਵੇ ਕਿ ਇਸ ਤਰ੍ਹਾਂ ਦੇ ਮੁੱਦੇ ਤੁਸੀਂ ਉਠਾਓ। ਅਸਲ 'ਚ ਇਹ ਮੁੱਦੇ ਕੇਂਦਰ ਸਰਕਾਰ ਨੂੰ ਖੁਦ ਉਠਾਉਣੇ ਚਾਹੀਦੇ ਸੀ, ਪੰਜਾਬ ਨੂੰ, ਪੰਜਾਬ ਦੀ ਸਰਕਾਰ ਨੂੰ ਕੈਨੇਡਾ ਨਾਲ
ਜਿਹੜਾ ਆਰਥਿਕ ਜਿਹੜਾ ਤੇ ਤਕਨੀਕੀ ਸਹਿਯੋਗ ਵਧਾਉਣ ਬਾਰੇ ਗੱਲ ਜ਼ਿਆਦਾ ਕੀਤੀ ਜਾਂਦੀ ਤੇ ਜ਼ਿਆਦਾ ਬਿਹਤਰ ਗੱਲ ਸੀ ਜੀ। ਤੋ ਗੱਲ ਕਰਦੇ ਹਾਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਪੰਜਾਬ ਜਾਗਰਤੀ ਮੰਚ ਤੇ ਸਹਿਯੋਗੀ ਸੰਸਥਾਵਾਂ ਵੱਲੋਂ ਵਿਸ਼ਾਲ ਪੰਜਾਬੀ ਜਾਗਰਤੀ ਮੰਚ ਜਿਹੜਾ ਉਹ ਕੱਢਿਆ ਗਿਆ ਔਰ ਲੋਕ ਉਹਦੇ 'ਚ ਹੁੰਮ ਹਮਾ ਕੇ ਆਪ ਮੁਹਾਰੇ ਸ਼ਾਮਲ ਹੋਣ ਵਾਸਤੇ ਸੜਕਾਂ 'ਤੇ ਆਏ। ਤੋ ਮੈਂ ਮਨਜੀਤ ਜੀ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿਉਂਕਿ ਤੁਸੀਂ ਸਿੱਧੇ ਤੌਰ 'ਤੇ ਇਹਦੇ ਨਾਲ ਜੁੜੇ ਹੋਏ ਹੋ ਔਰ ਤੁਹਾਡੇ ਦੁਆਰਾ ਵੱਡੇ ਯਤਨਾਂ ਤੋਂ ਬਾਅਦ ਇਹ ਮਾਰਚ ਜਿਹੜਾ ਸਫਲਤਾ ਵੱਲ ਵਧਾਇਆ ਗਿਆ ਹੈਗਾ ਕਿ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਦੇ ਹੱਕ ਵਿੱਚ ਇੱਕ ਲਹਿਰ ਜਿਹੜੀ ਉਹ ਉੱਠ ਖੜੀ ਹੋਈ ਹੈ ਔਰ ਆਉਣ ਵਾਲੇ ਸਮੇਂ 'ਚ ਇਹਦੇ ਜਿਹੜੇ ਪ੍ਰਭਾਵ ਨੇ ਕਿਸ ਤਰ੍ਹਾਂ ਦੇ ਹੋ ਸਕਦੇ ਨੇ ਔਰ ਕੀ ਅਸੀਂ ਉਮੀਦ ਕਰ ਸਕਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵੱਖ ਵੱਖ ਕਸਬਿਆਂ ਦੇ ਵਿੱਚ ਇਹੋ ਜਿਹੇ ਮਾਰਚ ਸਾਨੂੰ ਦੇਖਣ ਨੂੰ ਮਿਲਣਗੇ ਔਰ ਪੰਜਾਬੀਆਂ ਦੇ ਮਨਾਂ ਦੇ ਅੰਦਰ ਆਪਣੀ ਮਾਂ ਬੋਲੀ ਪ੍ਰਤੀ ਪੰਜਾਬੀ ਪ੍ਰਤੀ ਜਿਹੜਾ ਮੋਹ ਤੇ ਹੈ ਉਹ ਆਹਿਸਤਾ ਆਹਿਸਤਾ ਵਧਣ ਲੱਗੇਗਾ। ਪ੍ਰਭ ਸਾਹਿਬ ਤੁਸੀਂ ਬੜਾ ਮਹੱਤਵਪੂਰਨ ਮੁੱਦਾ ਜਿਹੜਾ ਉਠਾਇਆ ਜੀ। ਅਸੀਂ ਦੇਖ ਰਹੇ ਹਾਂ ਕਿ ਦੇਸ਼ ਦੀ ਰਾਜਨੀਤਿਕ ਵਿਵਸਥਾ ਇਸ ਤਰ੍ਹਾਂ ਦੀ ਹੈ ਜਿਹਦੇ ਵਿੱਚ ਜਿਹੜੀਆਂ ਖੇਤਰੀ ਜ਼ਬਾਨਾਂ ਉਹ ਆਪਣਾ ਮਹੱਤਵ ਗੁਆਉਂਦੀਆਂ ਜਾ ਰਹੀਆਂ। ਕਿਸੇ ਵੀ ਆਜ਼ਾਦ ਦੇਸ਼ ਦੇ ਅੰਦਰ ਇਹ ਜ਼ਰੂਰੀ ਹੁੰਦਾ ਕਿ ਸਿੱਖਿਆ ਪ੍ਰਸ਼ਾਸਨ ਅਤੇ ਨਿਆਂ ਲੋਕਾਂ ਨੂੰ ਲੋਕਾਂ ਦੀਆਂ ਜ਼ਬਾਨਾਂ 'ਚ ਦਿੱਤਾ ਜਾਏ। ਅਗਰ ਇਹ ਚੀਜ਼ ਨਹੀਂ ਹੈਗੀ ਕਿਸੇ ਆਜ਼ਾਦ ਦੇਸ਼ ਦੇ ਅੰਦਰ ਤਾਂ ਉਹਨੂੰ ਪੂਰੀ ਤਰ੍ਹਾਂ ਆਜ਼ਾਦ ਨਹੀਂ ਮੰਨਿਆ ਜਾ ਸਕਦਾ। ਮੈਂ ਇੱਕ ਪੱਤਰਕਾਰ ਦੇ ਤੌਰ 'ਤੇ ਮਹਿਸੂਸ ਕਰਦਾ ਕਿ 15 ਅਗਸਤ 1947 ਨੂੰ ਇਹ ਦੇਸ਼ ਰਾਜਨੀਤਿਕ ਤੌਰ 'ਤੇ ਆਜ਼ਾਦ ਹੋਇਆ, ਭਾਸ਼ਾਈ ਤੌਰ 'ਤੇ ਇਹ ਦੇਸ਼ ਅੱਜ ਵੀ ਗੁਲਾਮ ਆ। ਜੇ ਲੋਕ ਜਿਹੜੇ ਅੱਜ ਆਪਣੀਆਂ ਜ਼ਬਾਨਾਂ ਨੂੰ ਛੱਡ ਰਹੇ ਆ, ਬੱਚਿਆਂ ਨੂੰ ਜ਼ਿਆਦਾ ਅੰਗਰੇਜ਼ੀ ਪੜ੍ਹਾਉਣ ਵੱਲ ਰੁਚਿਤ ਹੋ ਰਹੇ ਆ ਤਾਂ ਉਹਦੇ ਕੁਝ ਕਾਰਨ ਆ। ਸਭ ਤੋਂ ਵੱਡਾ ਇਹ ਕਾਰਨ ਹੈ ਸਿੱਖਿਆ ਪ੍ਰਸ਼ਾਸਨ ਨਿਆਂ ਦੇ ਖੇਤਰ ਦੇ ਵਿੱਚ ਖੇਤਰੀ ਭਾਸ਼ਾਵਾਂ ਨੂੰ ਜੋ ਮਹੱਤਵ ਜਿਹੜਾ ਭਾਰਤ ਸਰਕਾਰ ਨੂੰ ਦੇਣਾ ਚਾਹੀਦਾ ਸੀ, ਵੱਖ ਵੱਖ ਰਾਜਾਂ ਨੂੰ ਜਿਹੜਾ ਦੇਣਾ ਚਾਹੀਦਾ ਸੀ, ਉਹ ਨਹੀਂ ਦਿੱਤਾ ਗਿਆ। ਇਸ ਕਰਕੇ ਸਾਡੀਆਂ ਜ਼ਬਾਨਾਂ ਜਿਹੜੀਆਂ ਉਹ ਪਿੱਛੇ ਪੈਂਦੀਆਂ ਜਾ ਰਹੀਆਂ। ਆਪਣੇ ਆਰਥਿਕ ਭਵਿੱਖ ਨੂੰ ਨਿਸ਼ਚਿਤ ਕਰਨ ਦੇ ਮੰਤਵ ਨਾਲ ਲੋਕ ਜਿਹੜੇ ਆਪਣੀਆਂ ਜ਼ਬਾਨਾਂ ਨੂੰ ਛੱਡ ਕੇ ਅੰਗਰੇਜ਼ੀ ਜਾਂ ਹੋਰ ਜ਼ਬਾਨਾਂ ਪੜ੍ਹਨ ਵੱਲ ਰੁਚਿਤ ਹੋ ਰਹੇ ਆ। ਇਹਦਾ ਨੁਕਸਾਨ ਪ੍ਰਸਵ ਇਹ ਆ ਕਿ ਕਿਸੇ ਵੀ ਦੇਸ਼ ਦਾ ਕਿਸੇ ਵੀ ਖਿੱਤੇ ਦਾ ਇਤਿਹਾਸ, ਸੱਭਿਆਚਾਰ, ਵਿਰਸਾ, ਸਾਹਿਤ, ਪੱਤਰਕਾਰੀ, ਜਿਹੜਾ ਗੀਤ ਸੰਗੀਤ ਅਤੇ ਉਹਨਾਂ ਦੀ ਜੀਵਨ ਜਾਂਚ ਜਿਹੜੀ ਹੈ ਉਹ ਆਪਣੀ ਜ਼ਬਾਨ ਨਾਲ ਜੁੜੀ ਹੋਈ ਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਆਪਣੀ ਜ਼ਬਾਨ ਨਾਲ ਜੁੜੀਆਂ ਹੁੰਦੀਆਂ ਹਨ। ਜੇਕਰ ਅਸੀਂ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਅਗਲੀ ਪੀੜ੍ਹੀ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ, ਇਹਨਾਂ ਦਾ ਹੋਰ ਵਿਕਾਸ ਕਰਨਾ ਚਾਹੁੰਦੇ ਹਾਂ, ਤਾਂ ਉਹਦੇ ਲਈ ਜ਼ਰੂਰੀ ਆ ਕਿ ਆਪਣੀ ਜ਼ਬਾਨ ਹੈ ਜਿਹੜੀ ਤੁਹਾਡੀ ਉਹ ਅਗਲੀਆਂ ਪੀੜ੍ਹੀਆਂ ਤੱਕ ਪਹੁੰਚੇ। ਜਿਸ ਤਰ੍ਹਾਂ ਆਪਣੀ ਜ਼ਬਾਨ ਨੂੰ ਤੁਸੀਂ ਵਰਤਦੇ ਹਾਂ, ਤੁਸੀਂ ਪੜ੍ਹਦੇ ਹਾਂ, ਜਿਹੜੇ ਵੱਖ ਵੱਖ ਖੇਤਰਾਂ 'ਚ ਉਹ ਤੋਂ ਕੰਮ ਲੈਂਦੇ ਹਾਂ, ਉਸੇ ਤਰ੍ਹਾਂ ਸਾਡੀ ਅਗਲੀ ਪੀੜ੍ਹੀ ਵੀ ਉਹਨੂੰ ਅਪਣਾਵੇ, ਪੜ੍ਹੇ, ਵਿਚਾਰੇ ਅਤੇ ਉਹਦੀ ਜਿਹੜੀ ਆ ਆਪਣੇ ਵੱਖ ਵੱਖ ਕੰਮਾਂ ਲਈ ਵਰਤੋਂ ਕਰੇ। ਹੁਣ ਇਹ ਤਦ ਹੀ ਸੰਭਵ ਹੈ ਕਿ ਜੇ ਜਿਹੜਾ ਕੇਂਦਰ ਸਰਕਾਰ ਅਤੇ ਵੱਖ ਵੱਖ ਰਾਜ ਸਰਕਾਰਾਂ ਇਹਦੇ ਬਾਰੇ ਸਪੱਸ਼ਟ ਨੀਤੀ ਬਣਾਉਣ ਕਿ ਉਹ ਜਿਹੜੀ ਆ ਸਿੱਖਿਆ ਪ੍ਰਸ਼ਾਸਨ ਨਿਆਂ ਦੇ ਵਿੱਚ ਖੇਤਰੀ ਜ਼ਬਾਨਾਂ ਨੂੰ ਮਹੱਤਵ ਦੇਣਗੀਆਂ, ਅਤੇ ਅੱਜ ਤੱਕ ਜਿਹੜਾ ਇਹ ਹੋਇਆ ਨਹੀਂ ਗਾ। ਇਸ ਕਰਕੇ ਸਾਡੀਆਂ ਜ਼ਬਾਨਾਂ ਜਿਹੜੀਆਂ ਉਹ ਪਿੱਛੇ ਜਾ ਰਹੀਆਂ, ਅਤੇ ਉਹਦਾ ਇੱਕੋ ਇੱਕ ਹੱਲ ਹੈ ਸਾਡੇ ਕੋਲ ਜਿਹੜੇ ਪੰਜਾਬ ਦੇ ਬੁੱਧੀਜੀਵੀ ਹੈ ਜਾਂ ਹੋਰ ਜਿਹੜੇ ਭਾਸ਼ਾਈ ਸਟੇਟਾਂ ਆ ਉਹਨਾਂ ਦੇ ਬੁੱਧੀਜੀਵੀ ਆ, ਲੇਖਕ ਆ, ਪੱਤਰਕਾਰ ਆ, ਜਿਹੜੇ ਜਾਂ ਹੋਰ ਚੇਤਨ ਜਿਹੜੇ ਸਿਆਸਤਦਾਨ ਹੈ, ਉਹਨਾਂ ਦੇ ਸਾਹਮਣੇ ਇੱਕੋ ਹੀ ਬਦਲ ਰਹਿ ਜਾਂਦਾ ਕਿ ਆਪਣੇ ਲੋਕਾਂ ਨੂੰ ਜਾਗਰਿਤ ਕਰਨ, ਸੁਚੇਤ ਕਰਨ ਕਿ ਆਪਣੀ ਜ਼ਬਾਨ ਨੂੰ ਅਪਣਾਉਣਾ ਕਿਉਂ ਜ਼ਰੂਰੀ ਹੈ, ਇਹਨੂੰ ਜ਼ਿੰਦਾ ਰੱਖਣਾ ਕਿਉਂ ਜ਼ਰੂਰੀ ਹੈ, ਅਗਰ ਅਜਿਹਾ ਨਹੀਂ ਹੁੰਦਾ ਤਾਂ ਸਾਨੂੰ ਕਿਸ ਤਰ੍ਹਾਂ ਦੇ ਨੁਕਸਾਨ ਭੁਗਤਣੇ ਪੈ ਸਕਦੇ ਆ। ਸੋ ਇਸ ਚੀਜ਼ ਨੂੰ ਮੁੱਖ ਰੱਖ ਕੇ ਹੀ ਜਿਹੜਾ ਪੰਜਾਬ ਜਾਗਰਤੀ ਮੰਚ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਹਰ ਸਾਲ ਕੌਮਾਂਤਰੀ ਮਾਂ ਬੋਲੀ ਦਿਵਸ 'ਤੇ ਇੱਕ ਪ੍ਰਭਾਵਸ਼ਾਲੀ ਮਾਰਚ ਜਲੰਧਰ ਵਿੱਚ ਕੱਢਿਆ ਜਾਂਦਾ ਅਤੇ ਹਰ ਆਏ ਸਾਲ ਇਹਦੇ 'ਚ ਲੋਕਾਂ ਦੀ ਸ਼ਮੂਲੀਅਤ ਵੱਧ ਰਹੀ ਹੈ, ਵਿੱਦਿਅਕ ਸੰਸਥਾਵਾਂ ਦੀ ਸ਼ਮੂਲੀਅਤ ਵੱਧ ਰਹੀ ਹੈ ਅਤੇ ਲੋਕਾਂ ਵਿੱਚ ਹੌਲੀ ਹੌਲੀ ਇਹ ਚੇਤਨਾ ਪੈਦਾ ਹੋਣੀ ਸ਼ੁਰੂ ਹੋਈ ਹੈ ਕਿ ਆਪਣੀ ਰੋਟੀ ਰੋਜ਼ੀ ਲਈ, ਜਿਹੜਾ ਆਪਣੀ ਜ਼ਿੰਦਗੀ ਦੇ ਹੋਰ ਕੰਮ ਕਾਰ ਕਰਨ ਲਈ, ਉਚੇਰੀ ਸਿੱਖਿਆ ਹਾਸਲ ਕਰਨ ਲਈ ਅਸੀਂ ਭਾਵੇਂ ਹੋਰ ਜਿਹੜੀਆਂ ਮਰਜ਼ੀ ਜ਼ਬਾਨਾਂ ਪੜ੍ਹੀਏ, ਪਰ ਆਪਣੇ ਬੱਚਿਆਂ ਨੂੰ ਜਿਹੜੀ ਆਪਣੀ ਜ਼ਬਾਨ ਜ਼ਰੂਰ ਆਉਣੀ ਚਾਹੀਦੀ ਹੈ ਤਾਂ ਕੋਈ ਚੰਗੇ ਸੰਸਕਾਰ ਉਹਨਾਂ ਤੱਕ ਜਾਣ, ਆਪਣੇ ਇਤਿਹਾਸ, ਆਪਣੇ ਸੱਭਿਆਚਾਰ, ਆਪਣੇ ਵਿਰਸੇ, ਆਪਣੇ ਗੀਤ ਸੰਗੀਤ, ਆਪਣੀ ਪੱਤਰਕਾਰੀ ਦੀ ਸੋਝੀ ਜਿਹੜੀ ਹੈ ਉਹ ਅਗਲੀਆਂ ਪੀੜ੍ਹੀਆਂ ਤੱਕ ਜਾਵੇ। ਇਹ ਹੌਲੀ ਹੌਲੀ ਚੇਤਨਾ ਵਧਣੀ ਸ਼ੁਰੂ ਹੋਈ ਹੈ, ਪਰ ਇਸ ਚੇਤਨਾ ਨੂੰ ਇੱਕ ਸ਼ਕਤੀਸ਼ਾਲੀ ਲਹਿਰ ਬਣਨ ਅਤੇ ਇੱਕ ਇਸ ਤਰ੍ਹਾਂ ਦੀ ਸ਼ਕਤੀਸ਼ਾਲੀ ਲਹਿਰ ਬਣਨ ਤੋਂ ਬਾਅਦ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਜਿਹੜੀਆਂ ਆਪਣੀਆਂ ਇਸ ਸੰਬੰਧ 'ਚ ਮੰਗਾਂ ਮਨਵਾਉਣ ਲਈ ਉਹ ਕਾਫੀ ਟਾਈਮ ਲੱਗੂਗਾ ਜੀ। ਇਹ ਕਿਸੇ ਗਲਤ ਫਹਿਮੀ 'ਚ ਨਹੀਂ ਰਹਿਣਾ ਚਾਹੀਦਾ, ਭਾਵੇਂ ਪਿਛਲੇ ਸਮਿਆਂ 'ਚ ਅਸੀਂ ਯਤਨ ਕੀਤੇ ਆ ਕਿ ਪੰਜਾਬ ਸਰਕਾਰ ਨਾਲ ਗੱਲ ਕਰਕੇ 2008 ਦਾ ਭਾਸ਼ਾਈ ਐਕਟ ਵੀ ਉਹਦੇ ਵਿੱਚ ਸੋਧਾਂ ਕਰਵਾਈਆਂ,
ਜਿਹੜਾ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀ ਪੜ੍ਹਾਈ ਬਾਰੇ ਇੱਕ ਨਵਾਂ ਕਾਨੂੰਨ ਵੀ ਬਣਵਾਇਆ, ਉਹ ਸਾਡੀਆਂ ਪ੍ਰਾਪਤੀਆਂ ਹੈਗੀਆਂ, ਪਰ ਉਹਨਾਂ ਐਕਟਾਂ ਨੂੰ ਲਾਗੂ ਕਰਨ ਦਾ ਕੰਮ ਅਜੇ ਪਿਆ, ਕਿਉਂਕਿ ਬਣਾਉਣ ਵੇਲੇ ਜਿਹੜੀ ਅਫਸਰਸ਼ਾਹੀ ਨੇ ਉਹਦੇ ਵਿੱਚ ਇਹਨਾਂ ਦੋਨਾਂ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਸਖ਼ਤ ਸਜ਼ਾਵਾਂ ਦੀਆਂ ਧਰਾਵਾਂ ਨਹੀਂ ਪਈਆਂ। ਇਸ ਕਰਕੇ ਉਹ ਇਹ ਹਜੇ ਜਿਹੜਾ ਸਿੱਖਿਆ ਪ੍ਰਸ਼ਾਸਨ ਅਤੇ ਨਿਆਂ 'ਚ ਪੰਜਾਬੀ ਨੂੰ ਬਣਦਾ ਸਥਾਨ ਦੇਣ ਲਈ ਉਨੀਆਂ ਪ੍ਰਾਪਤੀਆਂ ਨਹੀਂ ਹੋ ਸਕੀਆਂ ਜਿੰਨੀਆਂ ਹੋਣੀਆਂ ਚਾਹੀਦੀਆਂ ਸੀਆਂ। ਪਰ ਜੇ ਅਸੀਂ ਆਪਣੇ ਲੋਕਾਂ 'ਚ ਲਗਾਤਾਰ ਚੇਤਨਾ ਵਧਾਵਾਂਗੇ, ਆਪਣੀ ਜ਼ਬਾਨ ਨੂੰ ਅਪਣਾਉਣ ਲਈ, ਪੜ੍ਹਨ ਲਈ, ਲਿਖਣ ਲਈ, ਬੋਲਣ ਲਈ ਆਪਣੇ ਲੋਕਾਂ ਨੂੰ ਉਤਸ਼ਾਹਿਤ ਕਰਾਂਗੇ, ਹੌਲੀ ਹੌਲੀ ਲੋਕ ਆਪਣੇ ਭਾਸ਼ਾਈ ਅਧਿਕਾਰਾਂ ਪ੍ਰਤੀ ਸੁਚੇਤ ਅਤੇ ਚੇਤਨ ਹੋਣਗੇ ਅਤੇ ਸਰਕਾਰ ਤੋਂ ਜਿਹੜਾ ਮੰਗ ਕਰਨਗੇ ਕਿ ਉਹ ਜਿਹੜੇ ਖੇਤਰੀ ਭਾਸ਼ਾਵਾਂ ਨੂੰ ਨਜ਼ਰ ਅੰਦਾਜ਼ ਕਰਨਾ ਬੰਦ ਕਰੇ। ਜੀ, ਤੋ ਗੱਲ ਕਰਦੇ ਹਾਂ, ਜਦੋਂ ਵੀ ਪੇਪਰਾਂ ਦਾ ਮੌਸਮ ਆਉਂਦਾ ਹੈ ਸਕੂਲਾਂ ਦੇ ਕਾਲਜਾਂ ਦੇ, ਅਤੇ ਨਕਲ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਚਰਚਾਵਾਂ ਨੇ ਉਹ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਹੜੇ ਸਕੱਤਰ ਨੇ ਉਹਨਾਂ ਨੇ ਇੱਕ ਉੱਚ ਪੱਧਰੀ ਜਿਹੜਾ ਵਿਚਾਰ ਵਟਾਂਦਰਾ ਕੀਤਾ ਹੈਗਾ ਪ੍ਰਿੰਸੀਪਲਾਂ ਦੇ ਨਾਲ, ਜ਼ਿਲ੍ਹਾ ਸਿੱਖਿਆ ਅਫਸਰਾਂ ਦੇ ਨਾਲ, ਔਰ ਉਹਨਾਂ ਨੇ ਕਿਹਾ ਜੀ ਮਾਨਕ ਜੀ ਜਿਹੜੀ ਕਤਾਈ ਹੈਗੀ ਨਕਲ ਦੇ ਮਾਮਲੇ ਦੇ ਵਿੱਚ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਤੁਸੀਂ ਬਤੌਰ ਪੱਤਰਕਾਰ ਸਮੁੱਚਾ ਜੋ ਇਹ ਪ੍ਰਬੰਧ ਹੈਗਾ ਸਿੱਖਿਆ ਦਾ ਔਰ ਇਮਤਿਹਾਨੀ ਢਾਂਚਾ ਹੈਗਾ ਉਹਦੇ ਤੋਂ ਨੇੜੇ ਤੋਂ ਵਾਕਫ ਹੋ? ਪ੍ਰਿੰਸ ਸਾਹਿਬ, ਜਦੋਂ ਤੋਂ ਜਿਹੜੇ ਰਾਜ ਦੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਬਣੇ ਆ ਜੀ, ਉਦੋਂ ਤੋਂ ਉਹਨਾਂ ਵੱਲੋਂ ਯਤਨ ਕੀਤੇ ਜਾ ਰਿਹਾ ਕਿ ਜਿਹੜੇ ਪੰਜਾਬ ਦੇ ਸਕੂਲ ਆ ਉਹਨਾਂ ਵਿੱਚ ਸਿੱਖਿਆ ਦਾ ਮਿਆਰ ਸੁਧਰੇ, ਅਤੇ ਇਮਤਿਹਾਨੀ ਵਿਵਸਥਾ ਦੌਰਾਨ ਨਕਲ ਦਾ ਜਿਹੜਾ ਅਮਲ ਚੱਲ ਰਿਹਾ ਇਹ ਰੁਕੇ, ਕਿਉਂਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਹੇਠਾਂ ਆਉਣ ਨਾਲ ਅਤੇ ਨਕਲ ਦਾ ਸਿਲਸਿਲਾ ਪਿਛਲੇ ਕੁਝ ਸਾਲਾਂ ਤੋਂ ਵਧਣ ਨਾਲ ਇਹ ਜਿਹੜੀ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਕੰਮ ਕਾਜ ਨੂੰ ਕਾਫ਼ੀ ਧੱਕਾ ਲੱਗਾ, ਉਹਨਾਂ ਦੀ ਸਰਕਾਰੀ ਸਕੂਲਾਂ ਦੀ ਪ੍ਰਮਾਣਿਕਤਾ ਵੀ ਇੱਕ ਤਰ੍ਹਾਂ ਘਟੀ ਹੈ। ਸੋ ਇਸ ਗੱਲ ਨੂੰ ਮੁੱਖ ਰੱਖ ਕੇ ਕੁਝ ਫੈਸਲੇ ਉਹਨਾਂ ਨੇ ਲਏ ਆ। ਇਹਨਾਂ ਵਿੱਚੋਂ ਇੱਕ ਫੈਸਲਾ ਇਹ ਲਿਆ ਗਿਆ ਕਿ ਜਿਹੜੇ ਵਿਦਿਆਰਥੀਆਂ ਦੇ ਜਿਹੜੇ ਇਮਤਿਹਾਨ ਆ ਉਹਨਾਂ ਦੇ ਸਕੂਲਾਂ ਵਿੱਚ ਨਾਂ ਲੈ ਕੇ ਆਂਢੀ ਗੁਆਂਢੀ ਸਕੂਲਾਂ ਵਿੱਚ ਕੁਝ ਸੈਂਟਰ ਬਣਾ ਕੇ ਲਏ ਜਾਣ। ਇਸ ਸੰਬੰਧ 'ਚ 2500 ਦੇ ਲਗਭਗ ਜਿਹੜੇ ਆ ਸੈਂਟਰ ਬਣਾਏ ਗਏ ਆ, ਉਹਦੀ ਆਲੋਚਨਾ ਵੀ ਹੋ ਰਹੀ ਹੈ। ਆਲੋਚਨਾ ਇਹ ਹੋ ਰਹੀ ਹੈ ਕਿ ਜਿਹੜੇ ਵਿਦਿਆਰਥੀ ਖਾਸ ਕਰਕੇ ਲੜਕੀਆਂ ਜਿਹੜੀਆਂ ਉਹਨਾਂ ਨੂੰ ਦੂਰ ਦੂਰ ਇਮਤਿਹਾਨ ਦੇਣ ਜਾਣਾ ਪਏਗਾ ਅਤੇ ਫਿਰ ਉਹਨਾਂ ਨੂੰ ਵਾਪਸ ਆਉਣਾ ਪਏਗਾ। ਇਹਦੇ 'ਚ ਜਿਹੜੇ ਜ਼ਿਆਦਾ ਲੋਕ ਜਿਹੜੇ ਸਰਕਾਰੀ ਸਕੂਲਾਂ 'ਚ ਜਿਨ੍ਹਾਂ ਦੇ ਬੱਚੇ ਪੜ੍ਹਦੇ ਆ ਉਹ ਗਰੀਬ ਲੋਕ ਆ, ਕੰਮ ਕਾਜ ਕਰਨ ਵਾਲੇ ਲੋਕ ਆ, ਉਹਨਾਂ ਨੂੰ ਜਦੋਂ ਮਹੀਨਾ ਭਰ ਜਦੋਂ ਵੀ ਇਮਤਿਹਾਨ ਜਦੋਂ ਤੱਕ ਚੱਲਣਗੇ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਲੈ ਆਪਣੇ ਬੱਚਿਆਂ ਨੂੰ ਇਮਤਿਹਾਨੀ ਸੈਂਟਰਾਂ ਤੱਕ ਪਹੁੰਚਾਉਣਾ ਪਏਗਾ, ਉੱਥੇ ਉੱਥੋਂ ਉਹਨਾਂ ਨੂੰ ਵਾਪਸ ਲਿਆਉਣਾ ਪਏਗਾ। ਇਸ ਕਰਕੇ ਉਹਨਾਂ ਨੂੰ ਥੋੜ੍ਹੀ ਪਰੇਸ਼ਾਨੀ ਆ ਸਕਦੀ ਹੈ। ਇਸ ਕਰਕੇ ਇਹ ਜੋ ਵਿਵਸਥਾ ਕੀਤੀ ਗਈ ਹੈ 2500 ਤੋਂ ਵੱਧ ਜਿਹੜੇ ਸੈਂਟਰ ਬਣਾਏ ਗਏ ਆ ਇਹਦੀ ਆਲੋਚਨਾ ਹੋ ਰਹੀ ਹੈ, ਅਤੇ ਪਰ ਜਿਹੜੀ ਲੋੜ ਇਸ ਗੱਲ ਦੀ ਸੀ ਕਿ ਕੋਈ ਨਾ ਕੋਈ ਤਜਰਬਾ ਨਵਾਂ ਇਸ ਸੰਬੰਧ 'ਚ ਕੀਤਾ ਜਾਏ, ਕਿਉਂਕਿ ਜੇਕਰ ਵਿਦਿਆਰਥੀਆਂ ਦੇ ਸਕੂਲਾਂ ਵਿੱਚ ਹੀ ਇਮਤਿਹਾਨ ਹੁੰਦੇ ਆ ਅਤੇ ਜਿਹੜੇ ਆ ਦੋਸ਼ ਇਹ ਲੱਗਦੇ ਆ ਕਿ ਜਿਹੜਾ ਟੀਚਰ ਆ ਉਹ ਮਿਲੀ ਭੁਗਤ ਨਾਲ ਵਿਦਿਆਰਥੀਆਂ ਨੂੰ ਨਕਲ ਕਰਾਉਂਦੇ ਆ ਤਾਂ ਕਿ ਉਹਨਾਂ ਦੇ ਨਤੀਜੇ ਚੰਗੇ ਉਹ ਦਿਖਾ ਸਕਣ, ਅਤੇ ਨਕਲ ਦਾ ਅਮਲ ਜਿਹੜਾ ਸਕੂਲਾਂ ਦੇ ਵਿੱਚ ਵਧਣ ਕਰਕੇ ਸਾਡੀ ਸਿੱਖਿਆ ਦਾ ਮਿਆਰ ਜਿਹੜਾ ਹੇਠਾਂ ਜਾ ਰਿਹਾ। ਸੋ ਇੱਕ ਤਜਰਬਾ ਨਵਾਂ ਕੀਤਾ ਗਿਆ, ਹੋ ਸਕਦਾ ਇਹਦੇ ਨਾਲ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਨੂੰ ਕੁਝ ਸਮੱਸਿਆਵਾਂ ਆਉਣ, ਪਰ ਨਕਲ ਨੂੰ ਹਰ ਹਾਲਤ 'ਚ ਰੋਕਿਆ ਜਾਣਾ ਚਾਹੀਦਾ, ਤਾਂ ਹੀ ਜਿਹੜੀ ਸਰਕਾਰੀ ਸਕੂਲਾਂ ਦੀ ਸਿੱਖਿਆ ਹੈ ਇਹਦੀ ਵਿਸ਼ਵਾਸ ਯੋਗਤਾ ਵਧੇਗੀ। ਬਾਕੀ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਇਸ ਸੰਬੰਧ 'ਚ ਕੀ ਪ੍ਰਭਾਵ ਪੈਂਦੇ ਆ, ਕੀ ਸਿੱਟੇ ਨਿਕਲਦੇ ਆ। ਜੀ, ਤੋ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਨੇ ਉਹ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮਿਲੇ ਨੇ, ਮੁਲਾਕਾਤ ਮਾਨਕ ਜੀ ਕੀਤੀ ਹੈਗੀ ਆ, ਔਰ ਉਹਦੇ 'ਚ ਉਹਨਾਂ ਨੇ ਬਹੁਤ ਸਾਰੇ ਸੁਝਾਅ ਦਿੱਤੇ ਨੇ, ਖਾਸ ਤੌਰ 'ਤੇ ਹੈਗੇ ਜੀ ਕਿਸਾਨਾਂ ਨੂੰ ਕਰਜ਼ਾ ਮੁਕਤ ਜਿਹੜਾ ਕਿਸ ਤਰ੍ਹਾਂ ਕੀਤਾ ਜਾ ਸਕਦਾ। ਤੋ ਇਹ ਕੀ ਮਹੱਤਵ ਇਸ ਮੁਲਾਕਾਤ ਦਾ? ਪ੍ਰਸ ਸਾਹਿਬ, ਆਉਣ ਵਾਲੇ ਦਿਨਾਂ 'ਚ ਕੇਂਦਰ ਦੀ ਇੱਕ ਖੇਤੀ ਮਾਹਰਾਂ ਦੀ ਟੀਮ ਜਿਹੜੀ ਆ ਪੰਜਾਬ ਆਉਣ ਵਾਲੀ ਹੈ ਜੀ, ਉਹ ਪੰਜਾਬ ਸਰਕਾਰ ਨਾਲ ਵੀ ਵਿਚਾਰ ਕਰੇਗੀ, ਜਿਹੜੀ ਹੋਰ ਖੇਤੀ ਨਾਲ ਜੁੜੇ ਲੋਕਾਂ ਨਾਲ ਵੀ ਵਿਚਾਰ ਕਰੇਗੀ, ਤਾਂ ਕਿ ਜਿਹੜੀ ਦੇਸ਼ ਦੇ ਵਿੱਚ ਜਿਹੜੀ ਖੇਤੀ ਹੈ ਇੱਕ ਸੰਕਟ ਵਿੱਚ ਫਸੀ ਹੋਈ ਹੈ। ਲਗਭਗ ਸਾਰੇ ਦੇਸ਼ ਵਿੱਚ ਹੀ 45 ਦੇ ਲਗਭਗ ਹਰ ਰੋਜ਼ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀ ਕਰਦੇ ਆ, 3-4 ਖੇਤ ਮਜ਼ਦੂਰ ਅਤੇ ਕਿਸਾਨ ਪੰਜਾਬ 'ਚ ਖੁਦਕੁਸ਼ੀ ਕਰਦੇ ਆ, ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਅਤੇ ਖੇਤੀ ਦੀ ਆਰਥਿਕਤਾ ਜਿਹੜੀ ਹੈ ਘਾਟੇਬੰਦੀ ਹੋ ਗਈ ਆ, ਕਿਸਾਨ ਦਾ ਖਰਚ ਜ਼ਿਆਦਾ ਆਉਂਦਾ, ਉਹਨੂੰ ਲਾਭ ਘੱਟ ਹੁੰਦਾ। ਉਹ ਇਸ ਤਰ੍ਹਾਂ ਦੀ ਸਥਿਤੀ 'ਚੋਂ ਖੇਤੀ ਨੂੰ ਉਭਾਰਨ ਲਈ ਜਿਹੜੀ ਆ ਕੇਂਦਰ ਸਰਕਾਰ ਨੇ ਵੀ ਕੁਛ ਯਤਨ ਆਰੰਭ ਕੀਤੇ ਆ, ਉਹਨਾਂ 'ਤੇ ਦਬਾਅ ਪੈ ਰਿਹਾ ਜੋ ਕੁਛ ਖੇਤੀ 'ਚ ਵਾਪਰ ਰਿਹਾ, ਕਿਉਂਕਿ ਖੇਤੀ ਦਾ ਬੜਾ ਮਹੱਤਵ ਹੈ,
खेती जिहड़ी आ देश नूं अनाज सुरक्षा मुहैया करदी आ, फौज साडे देश नूं भूगोलिक सुरक्षा मुहैया करदी आ, खेती जिहड़ी आ अनाज ते खुराक सुरक्षा मुहैया करदी आ। अगर जे अनाज अनाज सुरक्षा यकीनी नहीं बनती और खेती के काम काज जिहड़े लोग लगे हुए उन्हां दी आर्थिक स्थिति बेहतर नहीं हुंदी तो वह अपना काम कार जारी नहीं रख पाउंदे, तां जिहड़ी फौज भी सरहद ते भुखे ढिड नहीं लड़ सकती, ना ही असी तुसी लोग अपने जिहड़े वख वख कम्मां कारां च असी लगे हुए हां, ना ही असी अपने काम कार जारी रख सकते हैं। सो फौज तो किसी भी ढंग नाल खेती ते किसान घट महत्वपूर्ण नहीं हैगे। इस ही करके जे साडे जिहड़े इक पिछले प्रधानमंत्री श्री लाल बहादुर शास्त्री ने यह जिहड़ा नारा दिता सी जय जवान जय किसान, सो ये चीज़ां नूं वेखण दी लोड़ हैगी है कि इहदे च केंद्र सरकार किहो जिहे फैसले लैंदी है, घाटेबंदी खेती नूं किस तरह लाहेवंदी खेती बनाउंदी है। इस संबंध च अकाली दल जिहड़ा कि देहाती खेतरां दी किसानां दी नुमाइंदगी करदा, उन्हें कुछ अपने सुझाव जिहड़े आ प्रेम सिंह चंदू माजरा ते सुखदेव सिंह ढींडसा राहीं दित्ते आ, इहनां नूं जी आया कहना चाहीदा। ते बाकी आउण वाले दिनां च राज दीआं होर राजनीतिक पार्टियां पंजाब सरकार नाल वी केंद्रीय टीम विचार करेगी ते फिर पता लगेगा इहदे चों की सामणे आउंदा ते केंद्र सरकार किन्नी कु गंभीरता नाल घाटेबंदी खेती नूं लाहेबंदी बनाउण लई कदम चुकदी है। जी तुसीं बिल्कुल ठीक है जी, ते प्रोग्राम दा समां जिहड़ा ओह खत्म होण जा रिहा, परंतु चलदे चलदे इक खबर असीं जरूर लैणी चाहांगे जिहड़ी बठिंडा इलाके और खास तौर ते जिहड़ा पूरा पंजाब हैगा उहदी दिलचस्पी उहदे च हो सकती है। कहिंदे जी वित्त मंत्री मनप्रीत सिंह बादल उहनां दी धर्म पत्नी वीनू बादल जिहड़े ने ओह इन्हां दिनां दे विच घर घर जा के लोगों दीआं समस्यावां जानण की कोशिश कर रहे हैं, तो इस तों यह अनुमान मीडिया ने लगाया, एक अखबार ने मुख पन्ने के उपर यह स्टोरी प्रकाशित की हैगी है कि हो सकता आने वाली जिहड़ियां लोक सभा चोणां ने उहदे च दराणी जठाणी आमो सामने होण, कांग्रेस पार्टी जिहड़ी है वीनू बादल नूं टिकट दे सकती हैगी, किस तरह देखते हो मान जी? मैं महसूस करदा हां जिस तरह दियां वीनू बादल दियां सरगर्मियां बढ़िया बठिंडा इलाके च, उहदे च जिहड़ी तुसीं गल कही है इस तरह की संभावना बन सकती है कि वीनू बादल जिहड़ी आ बठिंडा लोक सभा चोण तों 2019 चोण लड़े ते हरसिमरत कौर बादल नाल उहदा मुकाबला होवे, कि जिस तरह की पंजाब दी देश की राजनीति है उहदे च जिहड़े परिवार राजनीति विच आ चुके आ ते जिहड़ी लोकां च थोड़ी बहुत जाण पछाण रखदे आ जिहड़ियां सियासी पार्टियां उन्हां नूं टिकटां दिनियां, इस गल की संभावना हैगी है कि वीनू बादल नूं जिहड़ा कांग्रेस का टिकट मिले। सो उन्हां दीआं सरगर्मियां नूं इस संदर्भ च ही देखिया जाना चाहिए। जेकर इस तरह वापरदा तां बठिंडा लोक सभा हल्के की चोण आ वह काफ़ी दिलचस्प जिहड़ी आ हो सकती है, जिथे इस नाल अकाली दल ते कांग्रेस दा वकार दाते लगेगा उत्थे जिहड़ा बादल परिवार दा वी जिहड़ा वकार आ उह दाते लग जाएगा। बादल परिवार इस वेले दो धड़िआं च वंडिया होया, एक जिहड़ा मनप्रीत बादल दा एक धड़ा ते एक सुखबीर सिंह बादल दा धड़ा आ, इन्हां दोहां परिवारां दी जिहड़ी टक्कर होएगी इह वी काफ़ी दिलचस्प हो सकती है। जी तो खबरां दे आद पार दी इस कड़ी नूं इत्थे ही समेटदे हां, अगले हफ्ते ताज़ा कड़ी लैके तुहाडे रूबरू होवांगे। मानक जी तुहाडा धन्नवाद। शुक्रिया जी।